ਮੋਗਾ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਸਰਕਾਰੀ ਹਸਪਤਾਲਾਂ ਵਿੱਚ ਪਿਛਲੇ ਦਿਨੀ ਮਰੀਜ਼ਾਂ ਦੇ ਟੈਸਟ ਵਿੱਚੋਂ 280 ਮਰੀਜ਼ਾਂ ਨੂੰ ਡੇਂਗੂ ਦੇ ਲੱਛਣ ਪਾਏ ਗਏ ਨੇ, ਜਿਨ੍ਹਾਂ ਵਿੱਚੋਂ 12 ਮਰੀਜ਼ ਹਸਪਤਾਲ ਵਿੱਚ ਦਾਖਲ ਨੇ। ਸਰਕਾਰ ਵੱਲੋਂ ਡੇਂਗੂ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ, ਪਰ ਸਰਕਾਰੀ ਹਸਪਤਾਲਾਂ ਨਾਲੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ। ਸ਼ਾਇਦ ਲੋਕ ਸਰਕਾਰੀ ਹਸਪਤਾਲਾਂ ਵਿੱਚ ਪ੍ਰਬੰਧਾਂ ਦੀ ਘਾਟ ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਾਉਣ ਨੂੰ ਪਹਿਲ ਦੇ ਰਹੇ ਨੇ। ਉਧਰ ਹਸਪਤਾਲ ਪ੍ਰਸ਼ਾਸਨ ਵੀ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਕੀ ਕੀ ਅਹਤਿਆਤ ਵਰਤਣੇ ਚਾਹੀਦੇ ਨੇ, ਇਸ ਬਾਰੇ ਜਾਣਕਾਰੀ ਦੇ ਰਹੇ ਨੇ। ਹੌਸਪੀਟਲ ਦੇ ਵਿੱਚ ਜੀ ਇੱਕ ਵੀ ਬੈੱਡ ਖਾਲੀ ਨਹੀਂ ਚੱਲ ਰਿਹਾ। ਸਾਨੂੰ ਕੁਛ ਨਾ ਕੁਛ ਐਕਸਟਰਾ ਬੈੱਡ ਬਾਜ਼ਾਰੋਂ ਮੰਗਾ ਕੇ ਐਕਸਟਰਾ ਗੱਦੇ ਲਾ ਕੇ ਸਾਨੂੰ ਉਹਦੇ ਵਿੱਚ ਵੀ ਰੱਖ ਕੇ ਪੇਸ਼ੈਂਟ ਨੂੰ ਡ੍ਰਿਪਾਂ ਲਾਉਣੀਆਂ ਪੈ ਰਹੀਆਂ। ਹੁਣ ਤੁਸੀਂ ਆਪ ਹੀ ਸੋਚ ਲਓ ਕਿ ਵੀ ਹੌਸਪੀਟਲ ਦਾ ਬੈੱਡ ਤਾਂ ਜਿਹੜਾ ਖਾਲੀ ਦੀ ਗੱਲ ਕੀ ਕਰੀਏ, ਐਕਸਟਰਾ ਬੈੱਡ ਵੀ ਸਾਨੂੰ 8-10 ਐਕਸਟਰਾ ਬੈੱਡ ਲਗਾਉਣੇ ਪਏ ਇਸ ਵਾਰੀ ਡੇਂਗੂ ਇੰਨਾ ਕੁ ਜ਼ਿਆਦਾ ਤੇਜ਼ ਫੈਲ ਚੁੱਕਾ। ਐਡਮਿਟ 12 ਪੇਸ਼ੈਂਟ ਸਾਡੇ ਕੋਲ ਐਡਮਿਟ ਨੇ, ਉਹਦੇ 'ਚੋਂ 8 ਪੇਸ਼ੈਂਟ ਦਾ ਜਿਹੜਾ ਟੈਸਟ ਆ ਪੋਜ਼ਿਟਿਵ ਆ ਚੁੱਕਿਆ, ਦੂਜੇ 4 ਦਾ ਲੱਗਿਆ ਹੋਇਆ, ਪਰ ਉਹਨਾਂ ਦੇ ਵੀ ਸੈੱਲ ਘੱਟ ਹੀ ਨੇ। ਸੋ ਇਸ ਕਰਕੇ ਆਪਾਂ ਉਹਨਾਂ ਨੂੰ ਡੇਂਗੂ ਅਜੇ ਸਸਪੈਕਟਡ ਡੇਂਗੂ 'ਚ ਰੱਖ ਰਹੇ। ਮੇਰਾ ਬ੍ਰਦਰ ਐਡਮਿਟ ਹੈਗਾ ਵਾ, ਹੁਣ 4 ਦਿਨ ਹੋ ਗਏ ਉਹਨੂੰ ਡੇਂਗੂ ਹੋਇਆ। ਤੇ ਕਿੱਦਾਂ ਹੁਣ ਕੰਡੀਸ਼ਨ ਕਿੱਦਾਂ ਹੋ? ਕੰਡੀਸ਼ਨ ਹੁਣ ਥੋੜ੍ਹੀ ਜਿਹੀ ਠੀਕ ਹੈ, ਕਿਉਂਕਿ ਉਹਦਾ ਟ੍ਰੀਟਮੈਂਟ ਥੋੜ੍ਹਾ ਸਹੀ ਚੱਲ ਰਿਹਾ ਵਾ, ਵੀ ਡਾਕਟਰ ਸਾਹਿਬ ਜਿਹੜੇ ਟਾਈਮ ਟਾਈਮ 'ਤੇ ਦੇਖ ਰਹੇ ਨੇ, ਪਰ ਇੱਥੇ ਦੇ ਜਿਹੜਾ ਵਾਰਡ ਦਾ ਹਾਲ ਬਹੁਤ ਮਾੜਾ ਵਾ, ਕਿਉਂਕਿ ਇੱਕ ਇੱਕ ਬੈੱਡ 'ਤੇ 2-2 ਪੇਸ਼ੈਂਟ ਕਈ ਵਾਰੀ ਪਾਣੇ ਪੈ ਜਾਂਦੇ, ਇੰਨੀ ਜ਼ਿਆਦਾ ਵੀ ਇੱਥੇ ਦੀ ਮਾੜੀ ਹਾਲਤ ਹੋਈ ਪਈ ਹੈ। ਪਰ ਜਿਹੜਾ ਟ੍ਰੀਟਮੈਂਟ ਆ ਬਹੁਤ ਵਧੀਆ, ਕਿਉਂਕਿ ਉਹ ਸਾਨੂੰ ਹਰ ਚੀਜ਼